ਆ ਜਾਓ ਬੈਠੇ ਬੈਠੇ ਅੱਗੇ ਆ ਜਾਓ, ਨਜ਼ਰ ਅੱਲਾ ਨਿਆਜ਼ ਹੁਸੈਨ, ਅੱਗੇ ਜਗ੍ਹਾ ਸਾਰੀ ਖਾਲੀ ਪਈ, ਆ ਜਾਓ ਆ ਜਾਓ। ਇਲਤਮਾਸ ਦੁਆ ਬਰਾਏ ਹੁਜਤ ਖੁਦਾ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹੁਮਾ ਕੁਲ ਵਲੀਇਕ ਅਲ ਹੁਜਤ ਇਬਨ ਅਲ ਹਸਨ ਅਸਕਰੀ ਅਲੈਹਿ ਸਲਾਮ, ਸਲਵਾਤੁਕਾ ਅਲੈਹਿ ਵਅਲਾ ਆਬਾਇਹਿ ਫੀ ਹਾਜ਼ਿਹਿ ਸਾਅਤਿ ਵਫੀ ਕੁਲਿ ਸਾਅਤ ਮਿਨ ਸਾਅਤਿ ਲੈਲ ਵਨਹਾਰ ਵਲੀਯੰ ਵਹਾਫਿਜ਼ੰ ਵਕਾਇਦੰ ਵਨਾਸਿਰੰ ਵਦਲੀਲੰ ਵਅਯਨਨ ਹੱਤਾ ਤੁਸਕਿਨਾਹੁ ਅਰਜ਼ਕਾ ਤੌਮਨ ਵਤਮਤਿਆਉ ਫੀਹਾ ਤਵੀਲਾ। ਬਹੁਤ ਵੱਡਾ ਅੱਜ ਦਾ ਦਿਨ ਹੈ, ਕੋਸ਼ਿਸ਼ ਕਰੇ ਸੋ, ਆਮੀਨ ਸਾਰੇ ਅਖੇ ਸੋ। ਮਾਲਿਕ ਅੱਲਾ ਸਾਡੇ ਹਕੀਕੀ ਵਾਰਸ ਅਤੇ ਜ਼ਹੂਰੀ ਤਾਜੀਲ ਫਰਮਾ। ਮੇਰਾ ਅੱਲਾ ਵਕਤ ਦੇ ਇਮਾਮ ਦੀ ਜਿੱਥੇ ਜਿੱਥੇ ਵੀ ਰਿਆਇਆ ਆਬਾਦ ਹੈ ਸਾਰਿਆਂ ਦੀ ਹਿਫਾਜ਼ਤ ਫਰਮਾ। ਮੇਰਾ ਅੱਲਾ ਮਜਲਸ ਪਾਕ ਕੇ ਜਿਤਨੇ ਸੁਨੀ ਸ਼ੀਆ ਹਾਜ਼ਰ ਬੈਠੇ ਤਮਾਮ ਦੀ ਨੇਕ ਹਜਾਤ ਪੂਰੀ ਫਰਮਾ। ਮੇਰਾ ਅੱਲਾ ਅਜਮਨ ਹੁਸੈਨੀਆ ਦਾ ਇਹ 10 ਰੋਜ਼ਾ ਮਜਾਲਸ ਦਾ ਇਨਕਾਦ ਮੇਰਾ ਅੱਲਾ ਆਪਣੀ ਬਾਰਗਾਹ 'ਚ ਕਬੂਲ ਫਰਮਾ। ਜਿਹੜਾ ਜਿਹੜਾ ਮੋਮਿਨ ਇਸ ਕਾਰਵਾਨ ਦਾ ਹਿੱਸਾ ਬਣਿਆ ਮਾਲਿਕ ਰਿਜ਼ਕ ਵਿੱਚ ਇਜ਼ਾਫਾ ਫਰਮਾ। ਮੇਰਾ ਅੱਲਾ ਜਿਤਨੇ ਮਰੀਜ਼ ਹਨ ਇੱਜ਼ਤ ਅਤੇ ਸੈਯਦ ਸਾਜਦੀਨ ਦਾ ਸਦਕਾ ਮਾਲਿਕ ਸ਼ਿਫਾ ਅਤਾ ਫਰਮਾ। ਮੇਰਾ ਅੱਲਾ ਜਿਤਨੇ ਬੇਔਲਾਦ ਹਨ ਨੇਕ ਔਲਾਦ ਅਤਾ ਫਰਮਾ। ਮਾਲਿਕ ਅੱਲਾ ਸਾਡੇ ਪਿਆਰੇ ਮੁਲਕ ਪਾਕਿਸਤਾਨ ਦੀ ਹਿਫਾਜ਼ਤ ਫਰਮਾ। ਆਖਰੀ ਦੁਆ ਹੈ, ਜ਼ਰੂਰ ਆਮੀਨ ਸ਼ਾਮਿਲ ਹੋ ਜਾਣਾ, ਬਹੁਤ ਵੱਡੀ ਦੁਆ ਹੈ, ਬਹੁਤ ਵੱਡਾ ਦਿਨ ਹੈ। ਮੇਰਾ ਅੱਲਾ ਜਿਤਨੇ ਹਾਜ਼ਰ ਬੈਠੇ ਨੇ ਸਾਰਿਆਂ ਨੂੰ ਕਰਬਲਾ ਦੀ ਜ਼ਿਆਰਤ ਨਸੀਬ ਫਰਮਾ। ਮਾਲਿਕ ਅੱਲਾ ਤਮਾਮ ਅਜ਼ਾਦਾਰਾਂ ਨੂੰ ਸ਼ਾਮ ਅਲੀ ਬੀਬੀ ਦੀ ਜ਼ਿਆਰਤ ਨਸੀਬ ਫਰਮਾ। ਇਤਨੀ ਸੋਹਣੀ ਸਲਵਾਤ ਹੋਵੇ, ਸਾਰੀਆਂ ਦੁਆਵਾਂ ਕਬੂਲ ਹੋ ਜਾਣ। ਨਾਰੇ ਤਕਬੀਰ, ਆਗਾਜ਼ੇ ਮਜਲਿਸ ਸੇ ਕੋਸ਼ਿਸ਼ ਕਰੋ ਆਪਣੇ ਖਾਲਿਕ ਦਾ ਨਾਮ ਬਾਵਾਜ਼ੇ ਬੁਲਾ। ਨਾਰਾਇ ਤਕਬੀਰ, ਨਾਰਾਇ ਰਿਸਾਲਤ, ਨਾਰਾਇ ਹੈਦਰੀ, ਖਤਮੇ ਕੁਰਾਨ ਦਾ ਸੁਆਬ, ਨਾਰਾਇ ਹੈਦਰੀ, ਆਖਰੀ ਅਜ਼ਾਦਾਰ ਤੱਕ ਵਿਲਾਇਤ ਲਾ, ਨਾਰਾ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਆਲ ਮੁਹੰਮਦ ਦੇ ਹਰ ਦੁਸ਼ਮਣ ਤੇ ਲਾਨਤ, ਜਿਹੜਾ ਨਾ ਕਰੇ ਉਸ 'ਤੇ ਵੀ ਲਾਨਤ, ਇੱਜ਼ਤ ਆਲੇ ਮੁਸਤਫਾ ਤੇ ਰਲ ਕੇ ਬਾਵਾਜ਼ੇ ਬੁਲੰਦ ਸਲਵਾਤ ਕਰੋ। ਕੋਈ ਲੰਬੀ ਚੌੜੀ ਮਜਲਸ ਨਹੀਂ, ਘਰ ਦੀ ਮਜਲਸ, ਹਾਜ਼ਰੀ ਜ਼ਰੂਰੀ ਗਈ, ਸਫ਼ਰ ਵੀ ਲੰਬਾ ਹੈ। ਮੇਰੇ ਬਾਅਦ ਜਨਾਬ ਸੈਯਦ ਮੁਸ਼ਤਾਕ ਸ਼ਾਹ ਸਾਹਿਬ, ਉਹਨਾਂ ਤੋਂ ਬਾਅਦ ਵੀ ਕਾਫੀ ਇਮਾਮ ਹੁਸੈਨ ਅਲੈਹਿ ਸਲਾਮ ਦੇ ਜ਼ਾਕਿਰ, 8 ਮੁਹਰਮ, 2 ਦਿਨਾਂ ਦਾ ਮਹਿਮਾਨ ਅਲੀ ਅਕਬਰ ਦਾ ਬਾਬਾ। ਪਹਿਲਾ ਮਸਾਹਿਬ ਦਾ ਜੁਮਲਾ ਤੁਹਾਡੇ ਹਵਾਲੇ ਕਰੂੰਗਾ, ਹੋ ਸਕੇ ਤਾਂ ਮੇਰੀ ਜ਼ਾਕਰੀ ਵਾਸਤੇ ਨਹੀਂ ਆਪਣੀ ਆਕਬਤ ਵਾਸਤੇ ਰੋ ਲਵਾਏ। ਵਤਨ ਲਿਓ ਕਰਬਲਾ ਦੀ ਜ਼ਮੀਨ 'ਤੇ 3 ਲਾਸ਼ਾਂ ਐਸੀਆਂ ਹਨ ਜਿਹੜੀਆਂ ਹੁਸੈਨ ਔਖੀਆਂ ਚਾਹੀਆਂ। ਕਿਉਂਕਿ ਅੱਜ ਦਾ ਦਿਨ ਜਾਂ ਕੱਲ੍ਹ ਜਾਂ ਪਰਸੋਂ ਦਾ ਦਿਨ ਕਿਸੇ ਜ਼ਾਕਿਰ ਦਾ ਮੁਹਤਾਜ ਨਹੀਂ। ਹਰ ਬੰਦੇ ਇਬਾਦਤ ਆਪਣੀ ਆਪ ਕਰਨੀ ਹੈ, ਕਿਸੇ ਹਾਏ ਕੀਤੀ, ਕਿਸੇ ਅੱਖਾਂ ਚੋਂ ਆਂਸੂ ਜਾਰੀ ਹੋ ਗਏ। ਸਵਾਲ ਕਰੋ ਜੋ ਹੇ ਬਸੰਤ, 3 ਲਾਸ਼ਾਂ ਕਿਹੜੀਆਂ?
ਹਾਏ 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 ਸੈਯਦ ਪਿਆਦਿਨ ਲਾਸ਼ ਕੋਈ ਵੀ ਹੋਵੇ ਔਖੀ ਏ ਸ਼ਰੀਅਤ ਚ ਪਿਓ ਪੁੱਤਰ ਦਾ ਜਨਾਜ਼ਾ ਨਾ ਚਾਵੇ ਇਹ ਕਰਬਲਾ ਦਾ ਪਹਿਲਾ ਪਿਓ ਨੇ ਜਿਹੜਾ ਪੁੱਤਰਾਂ ਦੇ ਜਨਾਜ਼ੇ ਵੀ ਚਾਹੁੰਦਾ ਪਿਆ ਏ ਪੁੱਤਰਾਂ ਨੂੰ ਦਫਨਾਉਂਦਾ ਹੀ ਪਿਆ ਉਹ ਮੈਂ ਕੁਰਬਾਨ ਪਹਿਲਾ ਸ਼ਹੀਦ ਦੱਸੇ ਸਾਂ ਤੇ ਹਾਇਤ ਨਹੀਂ ਹੋਵੇ ਬਿਸ਼ਾਰਤ ਸ਼ਾਹ ਜੀ ਜਿਵੇਂ ਜਨਾਜ਼ਿਆਂ ਤੇ ਹੁੰਦੀ ਏ ਜਿਤਨੇ ਕੜੀਅਲ ਜਵਾਨ ਬੈਠੇ ਹੋ ਪਹਿਲਾ ਕਹਿੰਦਾ ਜਨਾਜ਼ਾ ਆਈ ਹਮ ਸ਼ਕਲੇ ਪੈਗੰਬਰ ਦਾ ਮਰਹਬਾ 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 ਸੈਯਦਾ ਰਾਜ਼ੀਆ ਅੱਲਾ ਇਹਨਾਂ ਆਵਾਜ਼ਾਂ ਤੇ ਰਹਿਮ ਫਰਮਾਵੇ ਕਾਲੂਆ ਹੋ ਸੀ ਜਿਹੜਾ ਜੀਂਦਾ ਹੋ ਸੀ ਸਭ ਤੋਂ ਔਖੀ ਲਾਸ਼ ਹੁਸੈਨ ਅਲੀ ਅਕਬਰ ਦੀ ਚਾਈ ਇਹ ਚੱਕਰੀ ਦੇ ਇਸ ਗਲੀ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਚੱਕਰੀ ਅੱਡੇ ਦੇ ਵਿੱਚ ਜਾਂ ਇੱਥੇ ਇਮਾਮ ਬਰਗਾਹ ਦੇ ਬਾਹਰ ਗਲੀ 'ਚ ਕੋਈ ਬੁੱਢੜਾ ਪਿਓ ਜਵਾਨ ਦੀ ਲਾਸ਼ ਚਾਹੀ ਵਧਾ ਹੋਵੇ ਮੌਲਾ ਦੀ ਕਸਮ ਹੈ ਵਤਨ ਵਾਲਿਆਂ ਨੂੰ ਮਜਲਸ ਭੁੱਲ ਵੇ ਸੀ ਵਿੱਚੋਂ ਉੱਠ ਕੇ ਲੱਗੇ ਹੋਏ ਸਨ ਭਾਵੇਂ ਦੁਸ਼ਮਣ ਵੀ ਹੋਇਆ ਕਿਸੇ ਯਾਰ ਪਿਓਵਾਂ ਲਾਸ਼ਾਂ ਕਦੀ ਨਹੀਂ ਚਾਹੀਆਂ ਅਸੀਂ ਤੇਰੇ ਪਿਓ ਦਾ ਜਨਾਜ਼ਾ ਚਵੈਂਦੇ ਹਾਂ ਲੈ ਆ ਕੁਰਾਨ ਮੇਰੇ ਸਿਰ ਤੇ ਰੱਖ ਹੁਸੈਨ ਅਕਬਰ ਚਾਇਆ ਕੋਈ ਪੱਥਰ ਮਰੇਂਦਾ ਕੋਈ ਤੀਰ ਮਰੇਂਦਾ ਕੋਈ ਨੇਜ਼ਾ ਮਰੇਂਦਾ ਮਰਹਬਾ ਮਰਹਬਾ ਨੌਕਰ ਹੋਇਆ ਸੈਯਦਾ ਰਾਜ਼ੀਆ ਪਹਿਲੀ ਲਾਸ਼ ਹਮ ਸ਼ਕਲੇ ਪੈਗੰਬਰ ਸ਼ਹਜ਼ਾਦੇ ਅਲੀ ਅਕਬਰ ਹੋ ਨਹੀਂ ਸਕਦਾ ਜਿਹਦੀ ਛੱਤ ਤੇ ਸਰਕਾਰੇ ਵਫਾਦ ਅਲਮ ਹੋਵੇ ਤੇ ਅੱਜ ਵੀ ਅਮੀਰ ਬਣ ਕੇ ਸੁਣਦਾ ਪਿਓ ਹੋਵੇ ਸਵਾਲ ਕਰੋ ਦੂਜੀ ਲਾਸ਼ ਕਹਿੰਦੀ ਆਈ ਦੂਜੀ ਲਾਸ਼ ਹੈ ਉਮਲ ਬਨੀਨ ਦੇ ਚੰਨ ਦੀ ਮਰਹਬਾ 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 ਮੈਂ ਵਹਿਣ ਤੇ ਬਿਲਕੁਲ ਕਰੀਬ ਆ ਗਿਆ ਇਤਨਾ ਲੰਬਾ ਤੇ ਪੜ੍ਹਨਾ ਹੀ ਦੂਜੀ ਲਾਸ਼ ਸੈਯਦਾ ਸਰਕਾਰੇ ਵਫਾ ਦੀ ਲਾਸ਼ ਕਦ ਇਤਨਾ ਉੱਚਾ ਹੈ ਅੱਜ ਵੀ ਤੁਸੀਂ ਕਰਬਲਾ ਬਣ ਕੇ ਵੇਖੋ ਨਾ ਮੌਲਾ ਅਬਾਸ ਦੀ ਕਬਰ ਜਿਵੇਂ ਛੋਟੇ ਬੱਚੇ ਦੀ ਆਉਂਦੀ ਹੈ ਇਹ ਇਤਨੀ ਕਬਰ ਕਿਉਂ ਬਣੀ ਹੈ ਉਮਤੀ ਜ਼ਾਕਿਰਾਂ ਸੈਯਦ ਮੈਂ ਕੋ ਮਾਫ ਕਰਾਏ ਤਾਰੀਖ ਆਦੀਏ ਹੁਸੈਨ ਇਦੂ ਚਾਵੇ ਆ ਗਾਜ਼ੀ ਪਾਸੇ ਝੜ ਪਵੇ ਹੁਸੈਨ ਇਦੂ ਚਾਵੇ ਆ ਗਾਜ਼ੀ ਪਾਸੇ ਝੜ ਪਵੇ ਤੇ ਰੋ ਰੋ ਕੇ ਆਖਿਆ ਮੇਰੀ ਲਾਸ਼ ਨਾ ਚਾ ਮੈਂ ਅਕਬਰ ਮਰਹਬਾ ਆਵੇ ਸਦਾ ਯਾ ਹੁਸੈਨ ਦੀ ਆਵੇ ਸਦਾ ਯਾ ਹੁਸੈਨ ਦੀ ਅੱਲਾ ਤੁਹਾਡਾ ਗਿਰੀਆ ਕਬੂਲ ਫਰਮਾਏ ਔਰ ਤੀਜੀ ਲਾਸ਼ ਉਹ ਕਹਿੰਦੀ ਆਈ ਹਸਨ ਦੇ ਯਤੀਮ ਤੇਰਾਂ ਸਾਲਾਂ ਦਾ ਬੱਚਾ ਕਿਤਨਾ ਕੁਝ ਆਉਂਦਾ ਔਰ ਕਾਸਮ ਨੂੰ ਅਮੀਰ ਕਾਸਮ ਇਸ ਵਾਸਤੇ ਆਦੇ ਨੇ 28 ਰਜਬ ਜਦੋਂ ਮਦੀਨੇ ਤੋਂ ਕਾਫਲਾ ਤੁਰਿਆ ਅਲੀ ਅਕਬਰ ਆਈ ਆਪਣੇ ਘੋੜੇ ਤੇ ਸਵਾਰ ਗਾਜ਼ੀ ਆਈ ਆਪਣੇ ਘੋੜੇ ਤੇ ਸਵਾਰ ਕਾਸਮ ਇਤਨਾ ਮਾਂ ਨੂੰ ਪਿਆਰ ਆਈ ਕਰਬਲਾ ਤੋੜੀ ਉਜੜੀ ਆਪਣੇ ਨਾਲ ਮਾਮਲ ਚ ਬਹਾ ਦਾ ਮੁਹਰਮ ਦੀ ਰਾਤ ਇੱਕ ਖੈਮੇ ਜਿੰਦੇ ਸਰਕਾਰੀ ਅਲੀ ਅਕਬਰ ਅਰਮਲਾ ਅਬਾਸ ਅਕਬਰ ਪਿਆ ਦੇ ਚਾਚਾ ਕੱਲ ਕੋਲ ਤੋਂ ਪਹਿਲੇ ਮੈਂ ਵੈਸਾਂ ਦੋ ਲਾਸ਼ਾਂ ਦਾ ਦੱਸਿਆ ਬਈ ਔਖੀਆਂ ਚਾਈਆਂ ਤੀਜੀ ਲਾਸ਼ ਦੱਸੇਦਾ ਪਿਆ ਕੱਲ ਮੈਂ ਵੈਸਾਂ ਗਾਜ਼ੀ ਆਦਿਨ ਤੈਨ ਨਹੀਂ ਪਤਾ ਤੂੰ ਵੰਜੇ ਨਾ ਮੇਰੇ ਭਰਾ ਦੀ ਅੱਖਾਂ ਦਾ ਨੂਰ ਮੁੱਕ ਵੈਂਦਾ ਹੈ ਅਕਬਰ ਆਦੇ ਚਾਚਾ ਵਾ ਤੁਸਾਂ ਯਾਦ ਰੱਖੋ ਅਗਰ ਤੁਸਾਂ ਵੰਜੋ ਮੇਰੇ ਬਾਬੇ ਦੀ ਕਮਰ ਟੁੱਟ ਵੈਂਦੀ ਹੈ
ਉਹ ਆਇਆ ਹੀ ਨਹੀਂ ਮਜਲਸ ਜਿਹਦਾ ਹੱਥ ਵੀ ਹੋਵੇ ਤੇ ਸੀਨਾ ਪਿਆਰਾ ਕਰ ਜਾਵੇ ਜਿਵੇਂ ਹਸਨ ਦਾ ਯਤੀਮ ਖੜਾ ਹੀ ਇੱਕ ਹੱਥ ਅਬਾਸ ਦੇ ਕਦਮਾਂ ਤੇ ਰੱਖਿਆ ਇੱਕ ਹੱਥ ਅਕਬਰ ਦੇ ਕਦਮਾਂ ਤੇ ਰੱਖਿਆ ਆਦਾ ਚਾਚਾ ਤੁਸਾਂ ਵੰਜੋ ਤੇ ਮੇਰੇ ਚਾਚੇ ਦੀ ਕਮਰ ਟੁੱਟਦੀ ਏ ਅਕਬਰ ਬੇਰਾ ਤੁਸਾਂ ਵੰਜੋ ਤੇ ਮੇਰੇ ਚਾਚੇ ਦੀ ਅੱਖਾਂ ਦਾ ਨੂਰ ਮੁੱਕਦਾ ਏ ਮੈਂ ਹਾਂ ਯਤੀਮ ਤੁਹਾਡੀ ਮਿੰਨਤ ਕਰੇਂਦਾ ਕੱਲ ਕੋਲ ਤੋਂ ਪਹਿਲੇ ਮੈਂ ਵੈਸਾਂ ਉਹ ਮੇਰੇ ਵੰਜਣ ਨਾਲ ਨਾ ਕਹਿੰਦੀ ਕਮਰ ਟੁੱਟ ਸੀ ਨਾ ਕਹਿੰਦੀਆਂ ਅੱਖਾਂ ਦਾ ਨੂਰ ਆ ਮੇਰਾ ਮੌਲਾ ਇਸ ਗਰਮੀ 'ਚ ਕੋਈ ਆਪਣੇ ਨੂੰ ਨਹੀਂ ਰੋਂਦਾ ਇਹਨਾਂ ਦੀ ਹਾਇ ਕਬੂਲ ਕਰ ਨੌਕਰ ਉਹ ਮੈਂ ਕੁਰਬਾਨ ਜਿਵੇਂ ਪੱਖੀ ਨੂੰ ਗਜ਼ ਲੱਗਦਾ ਹੈ ਸ਼ਬੀਰ ਕਾਸਮ ਨੂੰ ਹਾਂ ਦੇ ਨਾਲ ਲਾਇਆ ਕਾਸਮ ਤੁਹਾਨੂੰ ਕਹਿ ਆਖੇ ਤੁਹਾਡੇ ਵੰਜਣ ਨਾਲ ਮੇਰਾ ਨੁਕਸਾਨ ਕੋਈ ਨਹੀਂ ਕਾਸਮ ਅਲੀ ਅਕਬਰ ਜਾਵੇ ਮੇਰਾ ਇੱਕ ਨੁਕਸਾਨ ਅਬਾਸ ਜਾਵੇ ਮੇਰਾ ਇੱਕ ਨੁਕਸਾਨ ਸ਼ਹਿਜ਼ਾਦਾ ਅਗਰ ਤੁਸਾਂ ਜਾਓ ਮੇਰੇ ਦੋ ਨੁਕਸਾਨ ਇੱਕ ਤਾਂ ਮੇਰੀ ਢੇਰ ਰੁਲ ਜਾਣਾ ਦੂਜਾ ਤੂੰ ਮੇਰੇ ਹਸਨ ਦੀ ਨਿਸ਼ਾਨੀ ਹੈ ਮੈਂ ਕਿਵੇਂ ਟੋਰ ਸਕਦਾ ਉਹ ਮੈਂ ਕੁਰਬਾਨ ਜਾਵਾਂ ਇੱਥੇ ਹੀ ਲਫ਼ਜ਼ਾਂ ਦਾ ਅਕਬਰ ਤੂੰ ਜ਼ੀਨ ਛੁੱਟੀ ਸ਼ਬੀਰ ਅਕਬਰ ਵਾਲੇ ਪਾਸੇ ਗਿਆ ਕਾਸਮ ਖੈਮੇ ਚ ਆਇਆ ਮਾਂ ਦੁਆ ਮੰਗਦੀ ਬੈਠੀ ਮੇਰਾ ਅੱਲਾ ਮੇਰੀ ਕੁਰਬਾਨੀ ਕਬੂਲ ਕਰ ਵਤਨ ਵਾਲੇ ਉਹ ਬਿਸ਼ਾਰਤ ਸ਼ਾਹ ਜੀ ਕਰਬਲਾ ਦੀਆਂ ਮਾਵਾਂ ਦਾ ਜ਼ਰਾ ਹੌਸਲਾ ਵੇਖਾਏ ਇੰਝ ਮਾਵਾਂ ਹੁੰਦੀਆਂ ਨੇ ਕਰਬਲਾ ਦੀਆਂ ਮਾਵਾਂ ਦਾ ਹੌਸਲਾ ਵਤਨ ਵਾਲਿਓ ਦੁਆ ਮੰਗਦੀ ਬੈਠੀ ਮੇਰਾ ਅੱਲਾ ਮੇਰੀ ਕੁਰਬਾਨੀ ਕਬੂਲ ਕਰ ਕੰਡ ਪਿੱਛੋਂ ਆਵਾਜ਼ ਦਈਏ ਅੰਮਾ ਪਿੱਛਾ ਮੂੰਹ ਕਰਕੇ ਆਦੀਏ ਤੂੰ ਹਜਾ ਜੀਂਦਾ ਸੁਭਾਨ ਅੱਲਾ ਸੁਭਾਨ ਅੱਲਾ ਸਾਡਾ ਨੁਕਸਾਨ ਹੋਇਆ ਆਵੇ ਸਦਾ ਹਸਨ ਦੇ ਯਤੀਮ ਤੂੰ ਹਜਾ ਜੀਂਦਾ ਹੈ ਮਾਏ ਨੂੰ ਮੂੰਹ ਕਰ ਵੈਂਦੀ ਕਸਮ ਤੂੰ ਆਉਂਦੇ ਮਾਏ ਦੇ ਮੂੰਹ ਕਰ ਵੈਂਦੀ ਹੈ ਮਿੱਟੀ ਤੇ ਬਹਿ ਗਿਆ ਅਦੇ ਇਨਸ਼ਾਅੱਲਾ ਯਤੀਮ ਹੀ ਕੋਈ ਨਾ ਹੋਵੇ ਜਿਵੇਂ ਪੱਖੀ ਨੂੰ ਗਜ਼ ਲੱਗਦਾ ਹੈ ਪੁੱਤਰ ਦੀਆਂ ਚੋਟੀਆਂ ਚੁੰਮਕੇ ਆਦੀ ਹੈ ਯਤੀਮੀ ਦਾ ਵਹਿਣ ਕਿਉਂ ਕੀਤਾ ਹੀ ਆਦੇ ਕਿਉਂ ਨਾ ਕਰਾਂ ਤੁਸਾਂ ਬੁਲੈਂਦੇ ਨੋ ਚਾਚਾ ਇਜਾਜ਼ਤ ਨਹੀਂ ਦਿੰਦਾ ਬੀਬੀ ਆਦੀ ਆਪ ਮੈਂ ਇਜਾਜ਼ਤ ਲੈ ਦਿੰਦੀਆਂ ਟੁਰ ਪਈ ਉੱਥੇ ਆਈ ਜਿੱਥਾਂ ਅਕਬਰ ਦਾ ਬਾਬਾ ਬੈਠਾ ਹੀ ਕਿਉਂ ਨਾ ਇਜਾਜ਼ਤ ਦਿੰਦਾ ਫਰਮਾਇਆ ਕਿਵੇਂ ਦੇਵਾਂ ਮੇਰੇ ਹਸਨ ਦੀ ਨਿਸ਼ਾਨੀ ਹੈ ਇੱਥੋਂ ਬਾਜ਼ੂ ਤੂੰ ਇੱਕ ਤਾਵੀਜ਼ ਖੋਲਿਆ ਉਹ ਤਾਵੀਜ਼ ਨਾ ਹੀ ਉਹ ਇਮਾਮ ਹਸਨ ਦਾ ਖੱਤ ਆਈ ਸ਼ਬੀਰ ਪੜਿਆ ਲਿਖਿਆ ਹੋਏ ਮੈਂ ਤੇਰਾ ਹਸਨ ਬੇਰਾ ਹਾਂ ਹੁਸੈਨ ਅੱਲਾ ਦੇ ਦੀਨ ਤੇ ਕਿਸੇ ਮੋੜ ਤੇ ਕੋਈ ਔਖੀ ਬਣ ਜਾਵੇ ਮੇਰੇ ਬੇਵਾ ਨੂੰ ਇਜਾਜ਼ਤ ਦੇ ਛੋੜਾਏ ਮੇਰੇ ਕਾਸਮ ਨੂੰ ਲੜਨ ਦੀ ਇਜਾਜ਼ਤ ਦੇ ਛੋੜਾਏ ਹੁਣ ਸ਼ਬੀਰ ਦੇ ਦੋਵੇਂ ਹੱਥ ਸਰ ਤੇ ਆਏ ਨੇ ਹੱਕਲ ਮਾਰ ਕੇ ਆਦੇ ਅੰਮਾ ਫਿਜ਼ਾ ਮੇਰੀਆਂ ਭੈਣਾਂ ਨੂੰ ਬੁਲਾ ਹੁਣ ਹੁਸੈਨ ਗਰੀਬ ਹੈ ਮਰਹਬਾ ਕਰ ਤਿਆਰੀ ਮੈਂ ਪਹਿਲਾਂ ਵੈਂਟ ਦੇ ਹਵਾਲੇ ਕਰਾਂ ਅੰਮਾ ਮੇਰੀਆਂ ਭੈਣਾਂ ਨੂੰ ਬੁਲਾ ਮੈਂ ਹੁਣ ਗਰੀਬ ਹੋ ਗਿਆ ਉੱਥੇ ਆਈਏ ਜਿੱਥੇ ਅਲੀ ਅਕਬਰ ਦੀ ਮੌਤ ਕੋ ਰੋਂਦੀਆਂ ਬੈਠੀਆਂ ਫਰਮਾਇਆ ਕਾਸਮ ਨੂੰ ਤੁਰੇਂਦਾ ਪਿਆ ਜਿਸ ਮਾਂ 18 ਸਾਲ ਬੁਰਕਿਆਂ 'ਚ ਪਾਲਿਆ ਹੋਵੇ ਉਹਦੇ ਸਾਹਮਣੇ ਉਹਦੇ ਪੁੱਤਰ ਦੀ ਲਾਸ਼ ਪਈ ਹੋਵੇ ਉਹ ਮਰਨ ਤੋਂ ਪਹਿਲੇ ਮਰ ਵੈਂਦੀ ਹੈ ਬਹੁ ਔਖੀ ਤਲੀਆਂ ਟੇਕ ਕੇ ਵਤਨ ਵਾਲੇ ਉੱਠੀ ਉਮਲ ਮਸਾਹਿਬ ਹੁਸੈਨ ਦੇ ਕੋਲ ਆ ਕੇ ਆਦੀ ਹੈ ਗਰੀਬ ਸਾਡਾ ਆਈ ਹੁਸੈਨ ਮੈਂ 28 ਰਜਬ ਤੁਰੀਆਂ ਤੈਨ ਅਮੀਰ ਬਣਾਵਣ ਦੀ ਖਾਤਰ ਹੁਸੈਨ ਮੈਂ ਮੁਹਰਮ 2 ਮੁਹਰਮ ਕਰਬਲਾ ਆਈਆਂ ਤੈਨ ਅਮੀਰ ਬਣਾਵਣ ਦੀ ਖਾਤਰ ਹੁਸੈਨ 3 ਦਿਨਾਂ ਦੀ ਤਸੀਆਂ ਮੈਂ ਚੁੱਪ ਰਹੀ ਹਾਂ ਅਮੀਰ ਬਣਾਵਣ ਦੀ ਖਾਤਰ ਸਰ ਚੌਧਰੀ ਦੀ ਲਾਸ਼ ਤਾਂ ਮੈਂ ਵਹਿਣ ਪਿਆ ਕਰਦਾ ਹੁਸੈਨ ਗੁਰਬਤ ਦਾ ਵਹਿਣ ਕਿਉਂ ਕੀਤਾ ਈ ਸੈਯਦਾ ਦੇ ਆਲੀਆ ਕਿਉਂ ਨਾ ਕਰਾਂ ਮੈਂ ਕਾਸਮ ਨੂੰ ਮੈਦਾਨ ਪਿਆ ਟੋਰੇਂਦਾ ਬੀਬੀ ਆਦੀ ਏ ਹੁਸੈਨ ਵੇ ਆਖੇ ਤਾਂ ਮੈਂ ਜੰਨਤ ਚੋਂ ਪੋਸ਼ਾਕਾਂ ਮੰਗਾਵਾਂ ਆਖੇ ਤਾਂ ਮੈਂ
ਜੰਤੀ ਸੇਰੇ ਮੰਗਾਵਾਂ ਵੀ ਸਯਦਾ ਦੇ ਜਿਹੜੀ ਤੇਰੇ ਕੋਲ ਮੈਨੂੰ ਪੋਸ਼ਾਕ ਦੇ ਵਤਾਂ ਨਾਲਿਓ ਮੇਰੇ ਇਮਾਮ ਕਾਸਮ ਨੂੰ ਪੋਸ਼ਾਕ ਕਿਵੇਂ ਪਵਾਈਏ ਜਿਵੇਂ ਮਈਅਤ ਨੂੰ ਕਫਨ ਪਵੇਂਦਾ ਅਕਲ ਮਾਰ ਕੇ ਆ ਦਿਨ ਕਾਸਮ ਦੀ ਮਾਂ ਕੰਡ ਕਾਰ ਮੈਂ ਤੇਰੇ ਪੁੱਤਰ ਨੂੰ ਤਾ ਤੁਲ ਹਨਾ ਕਵ ਲੈਂਦਾ ਸਯਦ ਪਹਿਲਾ ਪੇਜ ਵਲਾਇਆ ਪੜਿਆ ਇੰਨਾ ਲੀਲਾ ਬੀਬੀਆਂ ਪੱਥਰਾਂ ਦਾ ਮਾਤਮ ਕੀਤਾ ਇਦੋ ਮਾਂ ਬਾਜ ਪਈ ਮੈਂ ਚੜਾਵੋ ਇਦੋ ਫੁੱਫੀਆਂ ਬਾਜ ਪਈਆਂ ਮੈਂ ਚੜਾਵੋ ਵਤਨ ਵਾਲੇ ਆ ਇਹਨਾਂ ਸਾਰਿਆਂ ਤੋਂ ਪਹਿਲੇ ਵਾਗ ਵਿੱਚ ਦੋ ਮਹਿੰਦੀ ਵਾਲੇ ਹੱਥ ਆਇਲ ਕਾਸਮ ਦੇ ਮੈਨੂੰ ਚੜਾਵਣ ਵਾਲਾ ਕੌਣ ਹੋਲੇ ਜੀ ਆਵਾਜ਼ ਆਈਏ ਚੜਾ ਮੈਂ ਰਾਤੀ ਪਰਨੀ ਚੜਾਵ ਜਿਹੜੀ ਆਦੀ ਅੱਜ ਮੇਰੇ ਪੇਕੇ ਹੋਵੇ ਨਾ ਅੱਜ ਮੇਰੇ ਸਾਹਮਣੇ ਮਰਹਬਾ ਮਰਹਬਾ ਤੋੜ ਤੱਕ ਨਿਗਾਹੇ ਤੋੜ ਤੱਕ ਨਿਗਾਹੇ ਮੈਂ ਬਿਸਮਿਲਲਾ ਕਰਾਂ ਉਹ ਜਵਾਨੋ ਕਾਸਮ ਮੈਦਾਨ ਚ ਆਇਆ ਛੁੜੈਂਦਾ ਪਿਆ ਮਿੰਬਰ ਕਾਸਮ ਮੈਦਾਨ ਚ ਆਇਆ ਅਰਜ਼ਕ ਮਲਾਉਂ ਦੇ ਚਾਰ ਪੁੱਤਰ ਐਨ ਸਭ ਤੋਂ ਪਹਿਲੇ ਛੋਟੇ ਪੁੱਤਰ ਨੂੰ ਆ ਤੇ ਵਾਂ ਜੰਗ ਕਰ ਤੜਾ ਸਾਨੇ ਵਤਨ ਨਾਲੇ ਉਹ ਕਾਸਮ ਫਿਨਾਰ ਕੀਤਾ ਦੂਜਾ ਪੁੱਤਰ ਆਇਆ ਕਾਸਮ ਫਿਨਾਰ ਕੀਤਾ ਕੱਲ ਅਲੀਪੁਰ ਚੱਠੇ ਉਹ ਇਸ਼ਾਰਾ ਕੀਤਾ ਮਾਤਮੀਆਂ ਮੂੰਹ ਤੇ ਮਾਤਮ ਕੀਤਾ ਕਿ ਪੜਨ ਨਹੀਂ ਦਿੱਤਾ ਜਦਾਂ ਚਾਰੇ ਪੁੱਤਰ ਅਰਜ਼ਕ ਦੇ ਮਾਰੇ ਲੇਕਿਨ ਜਿਵੇਂ ਅਲਮਾਲ ਡਿਠਾ ਕਾਇ ਨਹੀਂ ਡਿਠਾ ਵੱਜਦਾ ਵੱਜਦਾ ਕਾਜ਼ੀ ਹੁਸੈਨ ਦੇ ਕਦਮਾਂ ਤੇ ਜੜ ਪਿਆ ਆਦੇ ਮਿੰਨਤ ਪਿਆ ਕਰੇ ਦਾ ਮੇਰਾ ਯਤੀਮ ਬੁਲਾ ਲਾ ਆਵੇ ਆਵੇ ਸਦਾ ਯਾ ਹੁਸੈਨ ਜਿਹੜਾ ਹੁਣ ਪਿਆ ਦੇ ਵੱਡਾ ਜ਼ਾਲਮ ਏ ਮੇਰਾ ਕਾਸਮ ਤਰੇ ਦਿਨਾਂ ਦਾ ਤੱਸਾ ਏ ਹੁਸੈਨ ਆ ਦਿਨ ਲੜਨ ਦੀ ਇਜਾਜ਼ਤ ਨਹੀਂ ਮਸ਼ਵਰਾ ਦੇ ਸਕਦਾ ਗਾਜ਼ੀ ਸਾਹਮਣੇ ਆਇਆ ਉੱਚੇ ਜਿਹੇ ਟਿੱਬੇ ਤੇ ਹੁਣ ਕਾਸਮ ਦਾ ਹਮਲਾ ਪਿਆ ਪੜਦਾ ਇਦੂ ਅਰਜ਼ਕ ਮਲਾਉਣ ਕਾਸਮ ਦੇ ਸਾਹਮਣੇ ਆਇਆ ਗਾਜ਼ੀ ਆ ਦੇ ਲਾਲ ਮਿੰਨਤ ਕਰੇਂਦਾ ਘੋੜੇ ਦੀ ਵਾਗ ਸੱਜੇ ਮੋੜ ਕਾਸਮ ਘੋੜੇ ਦੀ ਵਾਗ ਸੱਜੇ ਮੋੜੀਏ ਗਾਜ਼ੀ ਆ ਦੇ ਹੁਣ ਮਿੰਨਤ ਕਰੇਂਦਾ ਖੱਬੇ ਮੋੜ ਕਾਸਮ ਘੋੜੇ ਦੀ ਵਾਗ ਖੱਬੇ ਮੋੜੀਏ ਗਾਜ਼ੀ ਆ ਦੇ ਮਲਾਉਣ ਸਾਹਮਣੇ ਪਿਆ ਦੇ ਹੁਣ ਰਕਾਬਾਂ ਤੇ ਖੜਾ ਹੋ ਕੇ ਵਾਰ ਕਰ ਵਤਨ ਵਾਲਿਓ ਹਸਨ ਦੇ ਯਤੀਮ ਇਤਨਾ ਸੋਹਣਾ ਵਾਰ ਕੀਤਾ ਏ ਮਲਾਉਂ ਦੇ ਦੋ ਟੁਕੜੇ ਹੋ ਗਏ ਜਿਹੜੇ ਵੇਲੇ ਮਾਂ ਨੂੰ ਪਤਾ ਲੱਗਾ ਮੁਸੱਲੇ ਤੇ ਜਾਣ ਪਈਏ ਰੋ ਰੋ ਕੇ ਆਦੀਏ ਜਿਵੇਂ ਲੜਦਾ ਵਧਾਏ ਅੱਜ ਬਾਬਾ ਹੋ ਵੀ ਆ ਉਹ ਜਿਵੇਂ ਲੜਦਾ ਵਧਾਏ ਅੱਜ ਦਾਦਾ ਉਮਰ ਸਾਦ ਐਲਾਨ ਕੀਤਾ ਅਲੀ ਦਾ ਖੂਨ ਇੰਜਣਾ ਲਾਸੀ ਹਰ ਪਾਸੋਂ ਹਮਲਾ ਕਰੋ ਪਤਾ ਨਾ ਲਿਓ ਮਿੰਬਰ ਦੀ ਕਸਮ ਕੋਈ ਤਲਵਾਰ ਮਰੇਂਦਾ ਕੋਈ ਨੇਜ਼ਾ ਮਰੇਂਦਾ ਇੱਕ ਜ਼ਾਲਮ ਛੁਪ ਕੇ ਵਾਰ ਕੀਤਾ ਕਾਸਮ ਜ਼ਮੀਨ ਤੇ ਆਇਆ ਖੈਮਾ ਵਾਲੇ ਪਾਸੇ ਮੂੰਹ ਕਰਕੇ ਆਦਾ ਹੋ ਯਤੀਮ ਨਵਾਜ਼ ਯਤੀਮ ਸਮਝ ਕੇ ਆ ਮਦਦ ਯਤੀਮ ਮੇਕੋ ਆਵਾਜ਼ ਤੈਨਵਾਸ
ਸਿੱਧਾ ਅਕਬਰ ਹੌਸਲਾ 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 ਚਾਓ ਹਲਕੇ ਦੇ ਮਾਤਮੀ ਹੱਥ ਬੁਲਾਉਣ ਚਾਓ ਹਲਕੇ ਦੇ ਮਾਤਮੀ ਤੁਹਾਨੂੰ ਸ਼ਹਿਜ਼ਾਦੇ ਦਾ ਵਾਸਤਾ ਇਹ ਲਫ਼ਜ਼ ਔਖਾ ਪਿਆ ਕਰਦਾ ਸਿਰ ਦਾ ਮਾਤਮ ਅੱਠ ਮੁਹਰਮ ਕਸਮ ਦੇ ਚਾਚਾ ਮੈਂ ਤੈਨ ਕਦੀ ਨਾ ਛੱਡਾਂ ਚਾਚਾ ਮੇਰੀ ਇੱਕ ਮਜਬੂਰੀ ਬਣ ਗਈ ਹੈ ਹੁਸੈਨ ਦਿਨ ਕਿਹੜੀ ਮਜਬੂਰੀ ਹੈ ਲਾਂਦੀ ਜਾ ਤੇ ਕਸਮ ਰੋ ਰੋ ਕੇ ਆਦਾ ਖੜਾ ਹੈ ਮੈਡੇ ਫਸ ਗਏ ਪਰ ਇੰਜ ਗੱਡ ਬਣ ਕੇ ਹੁਸੈਨ ਟੁਰ ਪਈ ਆਇਆ ਖੇਮੇ ਚ ਆਇਆ ਮਾਂ ਪੁੱਛਿਆ ਮੇਰਾ ਕਾਸਮ ਦਫਨਾਇਆ ਊ ਵੇਲੇ ਗੱਡ ਚਾ ਕੇ ਕਾਸਮ ਦੀ ਮਾਂ ਦੇ ਸਾਹਮਣੇ ਰੱਖ ਕੇ ਆਦਾ ਚੇ ਦਫਨ ਦੇ ਕਾਬਲ ਜ਼ਿੰਦਗੀ ਦਾ ਕੋਈ ਪਤਾ ਨਹੀਂ ਸਾਰੀਆਂ ਬੀਬੀਆਂ ਲਾਸ਼ ਤੇ ਆਈਆਂ ਇੱਕ ਰਾਤ ਦੀ ਭਰਨੀ ਹੈ ਜਿਹੜੀ ਆਦੀ ਅੰਮਾ ਮੈਂ ਹਿਕਮੈਂਡ ਕਰ ਲਵਾਂ ਹਾਂ ਮੇਰੀ ਧੀ ਕਰ ਕਸਮ ਦੇ ਚੁੱਕਣਾ ਦੇ ਖਲੋ ਕੇ ਰੋ ਕੇ ਆਦੀ ਉੱਠੀ ਜਾਗ ਵੇ ਸੇਰਿਆ ਵਾਲੇ ਉੱਠੀ ਜਾਗ ਵੇ ਸੇਰਿਆ ਵਾਲੇ ਕਿਵੇਂ ਲੱਥਾ ਏ ਖਬਰ ਸੁਣਾਵੇ ਤੇਰੀ ਲਾਸ਼ ਕੋ ਬਾਬੇ ਕਿੰਜ ਚਾ 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 ਅਮੀਰ ਆਈ ਬੰਦਾ ਅਮੀਰ ਆਈ ਬੰਦਾ ਅਮੀਰ ਆਈ ਬੰਦਾ ਜਿਹਦਾ ਹੱਥ ਆਈ ਤੇ ਸਿਰ ਦਾ ਮਾਤਮ ਜਿਸਨੇ ਕੀਤਾ ਟੁਕੜਿਆਂ 'ਚ ਆਵਾਜ਼ ਆਈਏ ਤੂੰ ਮੇਰੇ ਚਾਚੇ ਦੀ ਧੀ ਮੈਂ ਤੇਰੇ ਚਾਚੇ ਦਾ ਪੁੱਤਰ ਸਾਡਾ ਖੂਨ ਇੱਕ ਸਾਡਾ ਸ਼ਜਰਾ ਇੱਕ ਬੀਬੀ ਆਦੀ ਇਹ ਵੀ ਠੀਕ ਹੈ ਲੇਕਿਨ ਇਸ ਦੇ ਬਾਵਜੂਦ ਢੇਰ ਸਾਰਾ ਫਰਕ ਹੈ ਆਖਰੀ ਵੇਲੇ ਢੇਰ ਸਾਰਾ ਫਰਕ ਹੈ ਟੁਕੜਿਆਂ 'ਚ ਆਵਾਜ਼ ਆਈਏ ਕਿਹੜਾ ਫਰਕ ਮੇਰੀ ਸਹਿਣ ਮਾਤਮ ਕੀਤਾ ਰੋ ਰੋ ਕੇ ਆਦੀ ਤੂੰ ਅਮੀਰ ਦਾ ਪੁੱਤਰ ਜਾਗਦਾ ਸਹੀ ਤੈਨੂੰ ਮਿਲਣ ਗਰੀਬ ਦੀ ਧੀ ਆਈ ਸਰਦਾ ਮਾਤਾਵ ਉਹ ਮੇਰੇ ਪੇਕੇ ਸਾਵਰੇ ਮਾਰੇ ਗਏ ਤੈਨੂੰ ਮਿਲਣ ਫਿਰਾਵਾ ਅੱਛਾ ਅੱਛਾ ਛਾਲੋ ਹੱਥ ਸ਼ੀਆ ਦਾ ਨਾ ਹੋਵੇ ਜਿਹੜਾ ਸਿਰ ਤੇ ਨਾ ਆਵੇ ਅਗਲਾ ਵੈਣ ਬਿਸ਼ਾਰ ਅੱਛਾ ਜੀ ਕਾਇ ਕੀਤਾ ਹੈ ਇਮਾਮੇ ਹਸਨ ਦੀ ਧੀ ਇਮਾਮੇ ਸਜਾਦਾ ਹਰਾਮ ਸ਼ਹਿਜ਼ਾਦੇ ਕਾਸਮ ਦੀ ਭੈਣ ਉਸ ਲਈ ਬਾਕਰ ਦੇ ਸਰ ਤੇ ਹੱਥ ਰੱਖ ਕੇ ਆਦੀ ਹੈ ਹੁਣ ਤੂੰ ਗਰੀਬ ਨਾ ਹੈ ਹੁਣ ਮੈਂ ਗਰੀਬ ਹਾਂ ਆਦੀ ਤੂੰ ਕਿਵੇਂ ਗਰੀਬ ਹੈ ਮੇਰੀ ਸਹਿਣ ਬਾਕਰ ਦੇ ਸਰ ਤੇ ਹੱਥ ਰੱਖਿਆ ਰੋ ਰੋ ਕੇ ਆਦੀ ਹੈ ਤੇਰੇ ਵੀਰ ਦੀ ਨਸਲ ਚੋ ਲੱਖ ਥੀ ਸਲ ਓ ਮੇਰੇ ਵੀਰ ਦੀ ਨਸਲ ਤਾਂ ਮੁੱਕ ਗਈ ਇੱਕੋ ਲਹਿੰਦਾ ਵੇਖ ਕੇ ਘੋੜ